ਇਸ ਵੇਲੇ ਮੈਂ ਮੌਜੂਦ ਹਾਂ ਜੀ ਖਾਦਮਾਬਾਦ ਰੋਡ ਹੈ, ਆਪਣੇ ਨਾਮ ਵਜੇ ਸ਼ਰੀਫ ਬਾਈ ਆ। ਅੱਜ ਰੋਡ ਸਾਨੂੰ ਬੰਨਣਗੇ, ਕੋਈ ਮਠਿਆਈ ਨਹੀਂ, ਕੋਈ ਕੁਝ ਵੀ ਨਹੀਂ। ਅਸੀਂ ਆਨੀ ਰਵਾਸਰੇ ਅਤੇ ਸਾਨੂੰ ਤਾਂ ਫਿਰਦਾ ਆਇਆ ਨਾ ਰੋਡ ਨੇ ਸ਼ਹੀਦਾਦੇ ਨੂੰ। ਮੈਂ ਸੁਣਤਾ ਬਾਰਿਸ਼ਾਂ ਦੇ ਮੌਸਮ 'ਚ ਬਲੱਥੀ ਨਹੀਂ ਹੋਵਾਂ ਮੈਂ ਤਾਂ ਝੁੰਮੀਆਂ ਮਾਰਨੀਆਂ ਰੋਡਾਂ ਵਿੱਚ। ਬਿਲਕੁਲ ਜਾਲ ਸ਼ਾਲ ਰੱਖੇ ਹੋਏ ਨੇ, ਮੱਛੀ ਅੱਛੀ ਲੱਭਣੀ। ਅਸਾਂ ਵਾਅਦਾ ਕਰਕੇ ਗਿਆ ਸੋ ਕਿ ਇਹਦੀ ਸਪੈਲ ਮੁਕਾਈ ਹੋ ਸਾਂ। ਬੜੀ ਕੋਸ਼ਿਸ਼ ਕੀਤੀ ਆ। ਲੁੱਕ ਆਲਾ ਕਾਕ ਆਈ ਗਿਆ ਤਾਂ ਲੁੱਕ ਬਾਈ ਰਿਹਾ, ਰੋਡ ਦਾ ਕੰਮ ਹੋਈ ਗਿਆ ਜੀ ਸ਼ੁਰੂ। ਆਵਾਮ ਜਿਹੜੀ ਹੈ ਜੀ ਉਹ ਕਾਫੀ ਅਰਸੇ ਤੋਂ ਇੱਥੇ ਇੰਤਜ਼ਾਰ ਕਰੀ ਹੈ ਕਿ ਰੋਡ ਦਾ ਕੰਮ ਜਿਹੜਾ ਜੀ ਉਹ ਜਲਦੀ ਤੋਂ ਜਲਦੀ ਮੁੱਕੇ ਤਾਂ ਅਸਾਂ ਇੱਥੋਂ ਜੇ ਜਾਵਾਂ ਜੀ ਉਹ ਨੱਠੇ ਵੇ ਜਾਵਾਂ, ਅਸਾਂ ਕਿ ਜੰਪ ਖੜੇ ਨਾ ਲਵਾਂ। ਖਾਦਮਾਬਾਦ ਬਾਜ਼ਾਰ ਜੀ ਜਿਹੜੀ ਰੋਡ ਐਸੀ ਨਾ ਜੀ ਉਹ ਵੀ ਬਣੀ ਗਈ ਆ, ਇੱਥੋਂ ਤਾਂ ਬਣੀ ਗਈ ਆ ਜ਼ਹਿਰਾ ਸੈਂਟਰ ਵਾਲੀ ਜਿਹੜੀ ਐਸੀ ਨਾ ਜੀ। ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਹਿਬ ਠਾਕ ਹੋ, ਸੋ ਖੁਸ਼ ਬਾਸ਼ ਹੋ ਔਰ ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਚ ਹੋ। ਮੈਂ ਰਾਸ਼ਦ ਸ਼ਬੀਰ, ਤੁਹਾਡਾ ਕਿ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ। ਅਸਾਂ ਦੀ ਖਿਦਮਤ ਫਿਰ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਕੀ ਨਹੀਂ ਤਾਂ ਇਸ ਵੇਲੇ ਜਾਂ ਮੈਂ ਮੌਜੂਦ ਹਾਂ ਜੀ ਉਹ ਬਾਜ਼ਾਰ ਸਾਨੂੰ ਤਾਂ ਕਿਹਦਾ ਪਛਾਣੋ ਜੀ ਕਿਹੜੇ ਬਾਜ਼ਾਰ ਮੌਜੂਦ ਹਾਂ ਸਾਨੂੰ ਤਾਂ ਕਿਹਦਾ ਪਛਾਣੀ ਤਾਂ ਗਏ ਹੀ ਉਸ ਵੇਲੇ ਜੀ। ਜੀ ਬਿਲਕੁਲ ਇਸ ਵੇਲੇ ਮੈਂ ਮੌਜੂਦ ਹਾਂ ਜੀ ਖਾਦਮਾਬਾਦ ਔਰ ਉਸਨੇ ਚੌਕ ਵਿੱਚ। ਇਧਰੋਂ ਰੋਡ ਜਾਣੀ ਨਾ ਜੀ ਅਣਕੇ ਵਾਲੀ ਸਾਈਡ, ਤਾਂ ਇਧਰੋਂ ਜਾਣੀ ਹੈ ਜੀ ਖਾਦਮਾਬਾਦ ਵਾਲੀ ਸਾਈਡ, ਤਾਂ ਇਧਰੋਂ ਰੋਡ ਜਾਣੀ ਹੈ ਜੀ ਅੱਗੇ ਬਲੱਥੀ ਵਾਲੀ ਸਾਈਡ। ਤਾਂ ਰੋਡ ਨੇ ਜਿਹੜੀ ਸੂਰਤ ਹਾਲ ਹੈ ਜੀ ਉਹ ਕਾਫੀ ਖਰਾਬ ਹੈ, ਪਿਛਲੇ ਦਿਨ ਇਸ ਤਰ੍ਹਾਂ ਕੰਮ ਸ਼ੁਰੂ ਹੋਇਆ ਸੀ ਇਹਦੀ ਸੂ ਪਹਿਲੋਂ, ਫਿਰ ਕੰਮ ਜਿਹੜਾ ਸੀ ਉਹ ਬੰਦ ਹੋ ਗਿਆ ਸੀ। ਅੱਜ ਅਸਾਂ ਕੀ ਕੋਈ ਆਸ ਉਮੀਦ ਦਿੱਤੀ ਹੈ ਕਿ ਕੰਮ ਇਸ ਤਰ੍ਹਾਂ ਦੁਬਾਰਾ ਜਿਹੜਾ ਜੀ ਉਹ ਸ਼ੁਰੂ ਹੋ ਸੀ ਆ। ਅਸਾਂ ਕਿ ਇੱਥੇ ਨਜ਼ਰ ਰੱਖਣਾ ਸੀ ਜੀ ਟਰੱਕ ਜਿਹੜਾ ਜੀ ਇਹ ਲੁਕੇ ਨਾ, ਲੁਕ ਵਗੈਰਾ ਤਾਂ ਆਈ ਗਈ ਆ, ਹੁਣ ਤੱਕ ਹੋਇਆ ਗਿਆ ਕੰਮ ਖਿਆਲ ਹੈ ਸ਼ੁਰੂ ਹੋ ਸੀ ਹੈ। ਤਾਂ ਬਾਕੀ ਅਸਾਂ ਤੱਕ ਸਕਦੇ ਹਾਂ, ਅਸਾਂ ਕਿ ਨਜ਼ਰ ਰੱਖਣਾ ਜੀ ਬੋਰਡ ਜਿਹੜਾ ਜੀ ਉਹ ਹੈ ਚੌਧਰੀ ਉਮਰ ਫਾਰੂਕ ਰੋਡਾਂ ਜਾਣਾ ਹੈ ਜੀ ਉਹ ਉਮਰ ਫਾਰੂਕ ਰੋਡ ਹੈ। ਤਾਂ ਬਾਕੀ ਦੂਜਾ ਅੱਗੇ ਅਸਾਂ ਜਾਣਨਾ ਜੀ ਉਹ ਹੈ ਜੀ ਬਲ ਤੀਰਾਂ, ਮਾਸ਼ਾਅੱਲਾ ਉਹ ਪਾਵਰ ਸਾਨੂੰ ਤੱਕ ਸੋਰਸ ਹੈ, ਪਾਪੇ ਵਗੈਰਾ ਲੱਗੇ ਜੀ ਮਿੱਟੀ ਛਿੱਟੀ ਰੋਡ ਹੈ ਜੋ ਕੱਢੀ ਦੇ ਯਾਰ, ਜਿਤਨੇ ਵੱਟੇ ਹੋ ਸਨ ਹੈ ਮਿੱਟੀ ਉੱਥੋਂ ਨਿਕਲਤੀ ਹੈ, ਸਫਾਈ ਵਗੈਰਾ ਹੋਤੀ ਹੈ, ਫਿਰ ਰੋਡਾਂ ਦੀ ਜਿਹੜੀ ਪੱਕੜ ਹੈ ਜੀ ਉਹ ਲੋਕਾਂ ਦਾ ਉਹ ਸੀ ਹੈ। ਪਾਪੇ ਇੱਥੇ ਲੱਗੇ ਹੋਏ ਰੋਡ ਵਗੈਰਾ ਨਹੀਂ, ਸਫਾਈ ਕੱਢੀ ਰਹੇ, ਮਿੱਟੀ ਛਿੱਟੀ ਉਸਨੇ ਜਿਹੜੇ ਅੰਦਰ ਐਸੀ ਜੀ ਉਹ ਕੱਢੀ ਰਹੇ ਬਾਹਰ, ਕੁਝ ਇੱਥੋਂ ਵੀ ਨਾ ਸਫਾਈ ਕੀਤੀ ਹੈ, ਪਾਣੀ ਛਾਣੀ ਇੱਥੇ ਇੰਨਾ ਲਿਆ ਤਾਂ ਕਿ ਤੂੰ ਜਿਹੜੀ ਹੈ ਜੀ ਉਹ ਬਹਿ ਜਾ। ਰੋਡ ਬਣਨ ਦੀ ਖੁਸ਼ੀ 'ਚ ਆਵਾਮ ਰਕਸ਼ਾ ਵਿੱਚ ਕਹਿੰਦਾ ਜੀ, ਕੱਲ੍ਹ ਸਾਨੂੰ ਤਾਂ ਕਿਹਾ ਸੀ ਇੰਨਾ ਕਿ ਪੈਦਲ ਸੈਂਦਾ ਅਜੀ ਨਾ ਰਕਸ਼ਾ ਆਪਣਾ ਜ਼ਾਤੀ ਕਹਿੰਦਾ। ਅਸਲਾਮ ਵਾਲੇਕੁਮ ਜੀ, ਕਹਿ ਲਾ ਜੀ ਠੀਕ ਹੋ ਜੀ? ਅਲਹਮਦੁਲਿਲਾ ਸਰ ਠੀਕ ਹੈ ਜੀ, ਸ਼ੁਕਰ ਅੱਲਾ। ਕੁਝ ਲਿਓ ਪੱਠੇ ਆਉਂਦੇ ਸੰਡੇ ਮੈਂ ਆਪਣੇ ਸਰ ਜੀ ਸਰ ਖਾਸੋ ਪੈਦਲ ਸੋਤਾ ਜੀ ਰਕਸ਼ਾ ਚੀਂਦਾ ਨੇ, ਕੱਲ ਪੈਦਲ ਹੀ ਆਵੇ ਕਦੀ ਮੋਟਰਸਾਈਕਲ ਤਾਂ ਨਾ ਕਦੇ ਕੁਛ ਨਾ ਪਰ ਕਿਹੜੀ ਖੁਸ਼ੀ ਸੋ ਰਕਸ਼ਾ ਚੀਂਦਾ ਆ, ਡੰਗਰਾਂ ਦੀ ਖੁਸ਼ੀ, ਡੰਗਰਾਂ ਦੀ ਖੁਸ਼ੀ। ਕਰੋਠੇ ਡੰਗਰ ਰੱਖੇ ਨੇ ਛੋੜੀਆਂ ਬੰਦ ਹੋਇਆ ਵਾ ਰੱਖ ਲਓ, ਫੋਨ ਕਰੋ ਨਾ ਅਪਰ ਫੋਨ ਕਰੋ ਦੱਸੀ ਫੋਨ ਮਾਰੋ ਰਾਹ ਖੁੱਲ ਰਿਹਾ, ਇਸ ਤਰ੍ਹਾਂ ਬੜਾ ਅਫਸਰ ਹੈ ਰਕਸ਼ਾ ਕਿ ਨਹੀਂ ਤਾਂ ਨਵਾਂ ਤੁਸੀਂ ਰਾਹ ਕਿਹਾ ਖੁੱਲਣੇ, ਨਹੀਂ ਤਾਂ ਠੇਕਦਾਰ ਹੋਰ ਅੰਦਰ ਬਾਕੀ ਉਹਨਾਂ ਕੀ ਫੋਨ ਮਾਰੋ ਹੈ। ਗ੍ਰਾਮੀਣ ਮਹੱਲੇ ਨਾਲ ਸਭ ਵੀ ਤਾਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਹੈ ਜੀ ਦਿਹਾੜੀ ਨੇ ਟਾਈਮ ਹੈ ਨਾ, ਮੈਂ ਕਿਆ ਹੀ ਬਾਤ ਹੈ ਜੀ, ਕਿਆ ਹੀ ਬਾਤ ਹੈ। ਨਾਲ ਹੀ ਤੁਸੀਂ ਇੱਧਰ ਫਿਰੋ ਹੈ ਤਾਂ ਇਹ ਜਿਹਾ ਵਿਊ ਹੈ ਜੀ ਇਹ ਬਾਜ਼ਾਰ ਨਾਲ ਵਿਊ। ਰਸਤੇ ਇਸ ਵੇਲੇ ਅਸਾਂ ਮੌਜੂਦ ਹਾਂ ਸਾਨੂੰ ਤੱਕ ਨਾਲ ਰੋਡ ਹੈ ਆਪਣੇ ਨਾਲ ਵਜੇ ਸ਼ਰੀਫ ਬਾਈ ਆ, ਜਿੱਥੇ ਨੀਵੀਂ ਜਗ੍ਹਾ ਸੀ ਖੱਡੇ ਛੱਡੇ ਸਨ ਉੱਥੇ ਇਹਨਾਂ ਸੱਟੀ ਨਾਲ ਲੈਵਲ ਕੀਤਾ, ਤਾਂ ਰੋਡ ਨਾਲ ਜ਼ਿਆਦਾ ਸਾਨੂੰ ਤੱਕ ਰੋਡਾਂ ਫੇਰੀ ਰਿਹਾ ਤੂੜੀ ਰਿਹਾ ਜਿਹੜੀ ਨਾ ਵਜਰੀ ਸੱਟੀ ਨਾ ਜੀ ਤੁਸੀਂ ਪ੍ਰੈਸ ਕਰੀ ਨਾ
ਤਾਂ ਨਿਸ਼ਾ ਕਰੀ ਦੇ ਤਾਂ ਕਿ ਪਹਿਲੇ ਲਈ ਬਜਰੀ ਤਾਂ ਹੁਣ ਵਾਲੀ ਬਜਰੀ ਸਹੀ ਮਿਕਸ ਹੋ ਗਿਆ ਸੀ ਆਨੀ ਰਵਾਸ ਰੇ ਇਸ ਤਰ੍ਹਾਂ ਦਾ ਫਾਇਦਾ ਤਾਂ ਆਇਆ ਨਾ ਰੋਡ ਰੈਸ਼ ਜ਼ਿਆਦਾ ਨਾ ਆਇਆ ਰੋਡ ਰੈਸ਼ ਜ਼ਿਆਦਾ ਆਏ 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 ਆਹ ਨਾ ਹੁਣ ਇਹ ਲੁੱਕ ਵਾਲੀ ਮਸ਼ੀਨ ਸੀ ਉਹ ਤਾਂ ਪਾਰ ਨਜ਼ਰ ਆਈ ਰਹੀ ਸੀ ਆ ਉੱਥਾ ਉਹ ਪਹਿਲੀ ਆਲਰੇਡੀ ਖਲਤੀ ਵੀ ਆ ਟਰੱਕ ਅੱਛੇ ਨਹੀਂ ਦੇ ਰਿਹਾ ਤਾਂ ਫਿਰ ਇੱਥੇ ਰੋਡ ਬਣਨਾ ਸ਼ੁਰੂ ਹੋ ਜਾਂਦੀ ਆ ਇਹ ਵੀ ਆ ਇੰਤਜ਼ਾਰ ਕਰੀ ਰੋਡ ਬਣਾਇਆ ਤਾਂ ਮੈਂ ਇਸ ਰੋਡਾਂ ਨੂੰ ਪੈਦਲ ਸਹੀ ਆਰਾਮ ਸਕੂਲ ਨਾਲ ਜਾਣ ਤਾਂ ਕਿ ਧੱਕੇ ਛੱਕੇ ਵੀ ਨਾ ਲਗਾਉਣ ਖੱਡੇ ਛੱਡੇ ਨਾ ਲਗਾਉਣ ਇਹ ਗੱਲ ਆ ਉਸਤਾ ਜੀ ਇਹ ਗੱਲ ਨਾ ਇਹ ਇੰਤਜ਼ਾਰ ਕਰੀ ਰਿਹਾ ਅਸਲਾਮੁਅਲੈਕੁਮ ਨਾ ਬਲੇ ਫਿਰ ਤਾਂ ਕੋਟ ਆਣੇ ਰਿਹਾ ਹੁਣ ਕਾ ਜੇ ਰਿਟਾਇਰ ਹੋ ਗਿਆ ਇਹ ਬਣਾ ਦਾ ਹੁਣ ਰਿਟਾਇਰ ਹੋ ਗਿਆ ਇਸ ਵਜ੍ਹਾ ਤੋਂ ਰੋਡ ਫਿਰ ਚੰਗੀ ਚਾਹੀਦੀ ਨਾ ਕਿਸ ਤਰ੍ਹਾਂ ਫਿਲਹਾਲ ਤਾਂ ਨੀਚਾ ਕੁਝ ਵੀ ਨਹੀਂ ਆ ਟਰੱਕ ਪੈਰਾ ਤਾਂ ਆ ਹੀ ਗਿਆ ਕੌਣ ਆਣੇ ਨੀਚਾ ਕੋਈ ਬੱਤਰ ਛੱਤਰ ਲਾਸਾਂ ਤਾਂ ਫਿਰ ਉੱਪਰ ਲੁੱਕ ਬਾਸਾਂ ਅੱਜ ਤਾਂ ਉਹ ਮਸ਼ੀਨ ਲੱਗੀ ਆ ਬੱਟੇ ਪ੍ਰੈਸ ਕਰੀ ਰਹੀ ਆ ਅਸਲਾਮ ਵਾਲੇਕੁਮ ਕੀ ਹਾਲ ਜੀ ਠੀਕ ਹੋ ਅੱਲਾ ਦਾ ਸ਼ੁਕਰ ਕਿਧਰੋਂ ਲੱਗੇ ਸੁਣੇ ਕਣਕਾਂ ਲੱਗੇਗਾ ਅੱਜ ਖਦਮਾਬਾਦ ਰੋਡਾ ਪਏ ਹੋ ਹਾਂ ਖਦਮਾਬਾਦ ਰੋਡਾ ਪਰ ਆਇਆ ਕੰਮ ਹੋ ਰਿਹਾ ਜੀ ਠੇਕੇਦਾਰ ਸਾਹਿਬ ਵੀ ਮੌਜੂਦ ਹੈ ਜੀ ਬੜਾ ਜ਼ਬਰਦਸਤ ਕੰਮ ਕਰੀ ਦੇ ਠੀਕ ਤਤਸਨ ਏਰੀਆ ਚ ਵੀ ਨਾ ਕੀਤਾ ਹੈ ਹਾਂ ਇਹ ਨਹੀਂ ਕੀਤਾ ਜੀ ਬੜਾ ਅੱਛਾ ਕੰਮ ਕੀਤਾ ਸਵਾਬ ਨਾਲ ਸਵਾਬ ਆ ਬਿਜ਼ਨਸ ਨਾਲ ਬਿਜ਼ਨਸ ਆ ਤਾਂ ਵੈਸੇ ਤੁਸੀਂ ਕਾਫੀ ਅਰਸੇ ਤੋਂ ਜ਼ਹਿਰ ਇਸ ਰੋਡਾ ਹੀ ਤਰਸਨੇ ਪਏ ਸੋ ਹਾਂ ਤਰਸਨੇ ਪਏ ਸਾਂ ਇਹ ਗੱਲ ਫਿਰ ਕਈਆਂ ਜਵਾਬ ਅਸਾਂ ਤੱਕਿਆ ਉਹ ਰੋਡ ਜਿਹੜੀ ਆ ਨਾ ਬਣਤੀ ਹੈ ਕਈਆਂ ਜਵਾਬ ਨਹੀਂ ਬਣਤੀ ਸੀ ਇਹਨਾਂ ਦਾ ਬਣਾਈ ਹੋਣੀ ਬਾਕੀ ਹੋਰ ਠੇਕੇਦਾਰ ਸਾਹਿਬ ਉਹ ਇਸ ਨਹੀਂ ਕੋਈ ਪੇ ਤੇ ਮੁਸੀਬਤ ਹੀ ਪੇ ਗਿਆ ਸੋ ਇਸ ਗੱਲਾਂ ਨਹੀਂ ਸਮਝ ਆਈ ਇਥੋਂ ਇੱਕ ਸਟੈਪ ਚ ਆਇਆ ਨੇ ਵਿੱਚੋਂ ਛੋੜਿਆ ਨੇ ਫਿਰ ਇੱਕ ਬਣਾਈ ਆ ਨੇ ਇਹ ਕਹਿ ਕੇ ਤਾਰੇ ਬਣ ਬਣਾਣੇ ਸਾ ਯਾਰ ਅਸਲੀ ਜੇ ਤਰੇ ਠੇਕੇਦਾਰ ਸਾਡੇ ਇਸ ਰੋਡੇ ਦੇ ਠੀਕ ਹੈ ਤੇ ਦੋ ਕੰਪਲੀਟ ਇਜਾ ਸੰਤ ਇੱਕ ਪਿੱਛੇ ਉਹ ਪਤਾ ਨਹੀਂ ਸਹੀ ਗਿਆ ਕਾਰ ਜੀ ਤੇ ਕਿਹ ਚੱਕਰ ਹੈ ਇਹ ਨਹੀਂ ਪਤਾ ਉਸ ਨੇ ਮਲਮਤ ਨਾ ਰੱਖੀ ਹੋਈ ਸੀ ਆ ਸੁਤਾ ਹੀ ਜਾਣਾ ਨਹੀਂ ਜਾਗ ਨਹੀਂ ਹੈ ਬਸ ਉਸੇ ਪ੍ਰੋਬਲਮ ਹੈ ਕਿਉਂਕਿ ਉਹ ਫੇਜ਼ ਜ਼ਰਾ ਪੁਰਾਣੇ ਸੀ ਜੀ ਤੇ ਉਸਨੇ ਜ਼ਰਾ ਫੰਡ ਨਹੀਂ ਥੋੜੀ ਪ੍ਰੋਬਲਮ ਸੀ ਉਹ ਮਿਨਿਸਟਰ ਸਾਹਿਬ ਉਸ ਉੱਪਰ ਕਾਫੀ ਫੋਕਸ ਕੀਤੇ ਆ ਮਾੜਾ ਖਿਆਲ ਹੈ ਕਿ ਅੱਗੇ ਅਗਲੇ 10-15 ਦਿਨ 'ਚ ਮੁਕੰਮਲ ਕਰੇਗਾ ਕਿਉਂਕਿ ਐਕਸੀਨ ਸਾਹਿਬਾਨ ਉਸ ਮਹਿਕਮਾ ਉਸ ਉੱਪਰ ਵੱਡਾ ਫੋਕਸ ਕਰ ਗਿਆ ਉਸ ਰੋਡ ਉੱਪਰ ਅੱਜ ਇਸ ਤੋਂ ਬਾਅਦ ਪਹਿਲਾ ਦਿਨ ਆ ਜੀ ਪਹਿਲਾ ਅਸਾਂ ਵਾਅਦਾ ਕਰ ਗਏ ਸੋ ਕਿ ਇਹ ਦਿਸ ਪਹਿਲੂ ਮੁਕਾਈ ਹੋ ਸਾਂ ਬੜੀ ਕੋਸ਼ਿਸ਼ ਕੀਤੀ ਹੈ ਅਸਲ ਰਮਜ਼ਾਨ ਸੀ ਬੜੀ ਈਦ ਹੋਣੀ ਤੇ ਜ਼ਰਾ ਹੋਰ ਚੱਕਰ ਸੀ ਰਮਜ਼ਾਨ 'ਚ ਪਤਾ ਨਾ ਫਿਰ ਉਹ ਲੇਬਰ ਜ਼ਰਾ ਚਲੀ ਗਈ ਸੀ ਤੇ ਆਮੀ ਰੋਜ਼ੇ ਜੀ ਫਿਰ ਉਹ ਦੋਲਾ ਰਮਜ਼ਾਨ ਹੋਣਾ ਫਿਰ ਅਸਾਂ ਨੇ ਦਿਲ ਮੋਮ ਹੋਣਾ ਸੱਚੀ ਕੋ ਨਹੀਂ ਹੁੰਦੀ ਤਾਂ ਅੱਜ ਕਾ ਕੁਛ ਖਬਰੀ ਸੁਣਨ ਲੋ ਜਾਂਦੀ ਹੈ ਜਿਹੜਾ ਅਸਫਾਲਟ ਨਾ ਕੰਮ ਹੈ ਨਾ ਇਹ ਤੋੜ ਖਾਤਮਾ ਬਾਅਦ ਉੱਪਰ ਤੱਕ ਮੁਕੰਮਲ ਹੋ ਜਾਵੇ ਅਜੋ ਜਸੀ ਆ ਫਿਰ ਕੱਲ ਫਿਰ ਮੈਂ ਤੁਰਾਈ ਚਾਹਾਂ ਵਾ ਨਹੀਂ ਕੱਲ ਤੂੜ ਨਹੀਂ ਹੋਣ ਲੱਗੀ ਬਿਲਕੁਲ ਵੀ ਇਹ ਜਨਾਬ ਬਿਲਕੁਲ ਨਹੀਂ ਹੁਕਮ ਸੀ ਕੋਸ਼ਿਸ਼ ਕੀਤੀ ਹੈ ਵੀ ਜੋ ਅਸੀਂ ਕੰਟਰੈਕਟ ਦਿੱਤਾ ਗਿਆ ਉਸਨੇ ਮੁਤਾਬਕ ਕੰਮ ਪੂਰਾ ਪੂਰਾ ਕੀਤਾ ਜਾ ਪੂਰਾ ਪੂਰਾ ਕੀਤਾ ਜਾ ਅਲਹਮਦੁਲਿਲਾ ਬਾਕੀ ਦੂਸਰਾ ਕੰਮ ਕਿਤਾਬ ਪੁੱਛਿਆ ਜਿਹੜਾ ਉਧਰ ਕਿੰਦਾ ਇਸ ਨੇ ਮਲਕਾਂ ਦਾ ਮੋੜਾ ਉਹ ਮੁਕੰਮਲ ਹੋ ਗਿਆ ਕੋਣੀ ਮਲਕਾਂ ਸ਼ੇਰਾਬਾਦ ਬਟਲੀ ਜੀ ਉਹ ਮੁਕੰਮਲ ਹੋ ਗਿਆ ਕੋਈ 200-300 ਫੁੱਟ ਰਹਿਣੀ ਹੈ ਚਾਰ ਠੀਕ ਬਸ ਉਹ ਮੁਕੰਮਲ ਹੋ ਜਾਏਗੀ ਉਹ ਸ਼ੁਰੂ ਕੀਤਾ ਨੇ ਕੋਣੀ
ਚਲੋ ਅੱਜ ਮੁਕੰਮਲ ਹੋ ਜਾਸੀ ਨਾ ਇਨਸ਼ਾਅੱਲਾ ਇਨਸ਼ਾਅੱਲਾ 100% 100% ਨਾ ਮੁਕੰਮਲ ਹੋਇਆ ਤਾਂ ਫਿਰ ਮੈਂ ਅਗਲੀ ਵਾਰ ਸਾਡੀ ਇਹ ਪਾਣਾ ਹੈ ਕਿ ਜੁਰਮਾਨਾ ਹੋਣਾ ਜਰਾ ਅੱਗੇ ਵੀ ਨਾ ਇਦੀ ਰੱਖੀ ਸੀ ਅੱਗੇ ਇਹ ਬਣਾ ਆਖਿਆ ਸੀ ਉਸ 'ਚ ਥੋੜ੍ਹੀ ਗਲਤ ਬਿਆਨੀ ਸਾਡੇ ਕੋਲ ਹੋ ਗਈ ਸੀ ਇਨਸ਼ਾਅੱਲਾ ਅਸਾਂ ਦੇ ਮੁਤਮਿਨ ਸਾਂ ਪੂਰੇ ਕਿਉਂਕਿ ਇਹ ਜਿਹੜਾ ਅਖਤਿਆਰਾਤ ਹੈ ਅਸਫਾਲਟ ਪਲਾਂਟ ਹੈ ਉਹਨਾਂ ਨੇ ਉਹ ਛੁੱਟੀ ਕਰ ਗਈ ਸੀ ਲੇਬਰ ਅਸਾਂ ਇਸ ਨੇ ਜਿਹੜੇ ਲਵਾਜ਼ਮਾਤ ਨੂੰ ਪੂਰੇ ਕਰ ਦਿੱਤੇ ਗਏ ਉਹ ਸਾਰਾ ਕੁਝ ਮੁਕੰਮਲ ਸੀ ਅਸਾਂ ਮੁਕੰਮਲ ਹੈ ਤਾਂ ਇਸ ਗੱਲੇ ਅੱਜ ਇਨਸ਼ਾਅੱਲਾ ਸ਼ਾਮ 7 ਵਜੇ ਜਨਾਬ ਤੁਹਾਨੂੰ ਦੁਬਾਰਾ ਇੰਟਰਵਿਊ ਇਨਸ਼ਾਅੱਲਾ ਤਾਂ ਵੀ ਦੁਆ ਕਰਨਾ ਕੰਮ ਮੁਕੰਮਲ ਹੋ ਜਾਏ ਜ਼ਰਾ ਸਾ ਮੈਂ ਰੋਜ਼ ਖੱਡੀਆਂ ਹੋਈ ਜਾਂ ਬਾਰਿਸ਼ਾਂ ਹੋਈ ਤਾਂ ਬੰਨਾਂ ਵਿੱਚ ਅੱਛੀਆਂ ਰੋਜ਼ ਧਰਨੇ ਧਰਨੇ ਪਾਪਾ ਹੋਰ ਗਏ ਜੀ ਤਾਂ ਇੱਕ ਹੋਰ ਪਾਪਾ ਹੀ ਥਾ ਇਹ ਬਲੱਥੀ ਨੇ ਤਾਂ ਇਹ ਕਾਫੀ ਅਸੀਂ ਪਰੇਸ਼ਾਨ ਲੈਣੇ ਸਨ ਮੈਂ ਇਹਨੂੰ ਪੁੱਛਾਂ ਪਰੇਸ਼ਾਨੀ ਦੀ ਵਜ੍ਹਾ ਕਿਆ ਹੈ ਆਪਣੀ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਕਾਲ ਜੀ ਠੀਕ ਹੋ ਅੱਲਾ ਸ਼ੁਕਰ ਆਫੀ ਸੁਣਾਓ ਦੁਆ ਕਰੀ ਰਿਹਾ ਕੋਈ ਜੁਲੇ ਹੋ ਜਨਾਬ ਹਦਨਾਬਾਦ ਬਾਜ਼ਾਰ ਖੈਰ ਸੀ ਬਾਕੀ ਚਲੋ ਇਹ ਰੋਡ ਜਿਹੜੀ ਹਾਂਜੀ ਮੁਕੰਮਲ ਹੋਣਗੀ ਅੱਜ ਠੇਕੇਦਾਰ ਮਸ਼ੀਨਾਂ ਵਗੈਰਾ ਵੀ ਆਈ ਗਈਆਂ ਤਾਂ ਲੁੱਕ ਵੀ ਲੱਗੀ ਸੀ ਠੀਕ ਸ਼ੁਰੂ ਕੀਤਾ ਉਹਨੇ ਤਾਂ ਮਤਲਬ ਹੈ ਕਿ ਛਿਕਿਆ ਉਹਨੇ ਕੰਮ ਹੈ ਕੀ ਮੈਂ ਸੁਣਤਾ ਹੈ ਬਾਰਿਸ਼ਾਂ ਦੇ ਮੌਸਮ ਵਿੱਚ ਬਲੱਥੀ ਨਹੀਂ ਵਾਹ ਤਾਂ ਝੁੰਮੀਆਂ ਮਾਰਨੀਆਂ ਡੋਡਾਂ ਵਿੱਚ ਹਾਂ ਬਿਲਕੁਲ ਜਾਲ ਸ਼ਾਹ ਰੱਖੇ ਹੋਣੇ ਮਸ਼ੀ ਵਿੱਚ ਲੱਭਣੀ ਤਾਂ ਅੱਧਾ ਤਾਂ ਠੇਕੇਦਾਰ ਉਹਨਾਂ ਨੇ ਵੀ ਰਸਤਾ ਕੰਮ ਜਿਹੜਾ ਕੀਤਾ ਉਹਨੇ ਸੋਹਣਾ ਕੀਤਾ ਉਹਨੇ ਤਾਂ ਜਿਹੜਾ ਦੂਏ ਠੇਕੇਦਾਰ ਆ ਕੰਮ ਸਭ ਤੋਂ ਠੇਕੇਦਾਰ ਹੋ ਜਾਏ ਜੀ ਨਹੀਂ ਆਏ ਵਾਲਾ ਆਲਮ ਕਿਆ ਗੱਲ ਹੈ ਜਿਲ੍ਹਾ ਨਹੀਂ ਪਤਾ ਇਹ ਤਾਂ ਸਮਾਨ ਨਾ ਸਹੀ ਹੁੰਦੇ ਮੈਂ ਜਾਣੇ ਦੀ ਜ਼ਰੂਰਤ ਕੋਣੀ ਹੈ ਮੱਛਾਂ ਸਾਂ ਇੱਥੋਂ ਬਾਹਰ ਵੀ ਪੋੜੀ ਸਕਣੇ ਬਾਹਰ ਪੋੜੀ ਸਕਣੇ ਲੁੱਕ ਵਾਲੀ ਮਸ਼ੀਨ ਦਾ ਫੁੱਲ ਰੈਡੀ ਖਲਤੀ ਆ ਟਰੈਕਟਰ ਦੀ ਰੈਡੀ ਹੈਗੀ ਆ ਜੀ ਨੀਚੇ ਫੁਹਾ ਮਾਰਨੇ ਅਸਲਾਮ ਵਾਲੇਕਮ ਵਾਲੇਕਮ ਸਲਾਮ ਕੀ ਹਾਲ ਹੈ ਜੀ ਠੀਕ ਹੋ ਅੱਲਾ ਦਾ ਸ਼ੁਕਰ ਸਹੀ ਠੀਕ ਹੈ ਦੁਆ ਕਰੀ ਜਾਗੋ ਕੁਦਰ ਆਇਆ ਅੱਜ ਮੈਂ ਆਇਆ ਸਰ ਰੋਡ ਤੱਕਨੇ ਵਾਸਤੇ ਕਿ ਬਣੀ ਹੈ ਕੋਈ ਨਹੀਂ ਰੋਡ ਬਣੀ ਬਣੀ ਗਈ ਨਾ ਜਮ ਤਾਂ ਨਹੀਂ ਲੱਗੇ ਮਸ਼ੀਨ ਨਾ ਲੱਗਣੇ ਆ ਫਿਲਹਾਲ ਥੋੜੇ ਥੋੜੇ ਜਿਹੇ ਹੁਣ ਤੱਕਨੇ ਆ ਗਏ ਅੱਜ ਬਾਈ ਅਗਲੇ ਚਲੋ ਰੋਜ਼ੇ ਹੋਣ ਸਨ ਹੁਣ ਤਾਂ ਬੰਦਾ ਖਾਦਾ ਪੀਤਾ ਹੋਣਾ ਨਾ ਹੁਣ ਜੰਪ ਲੱਗੀ ਵੀ ਜਾਣ ਤਾਂ ਕੋਈ ਫਿਕਰ ਨਹੀਂ ਗੱਲ ਕੋਣੀ ਹੈ ਚਲੋ ਇਹ ਕਿ ਨਾਲ ਰੋਟੀ ਹਜ਼ਮ ਹੋ ਜਾਣੀ ਹੈ ਸਾਰੀ ਗੱਲ ਹੈ ਜੀ ਰੋਟੀ ਤਾਂ ਹਜ਼ਮ ਕਰਨੀ ਪੈਣੀ ਵੈਸੇ ਜਾਣੇ ਰੋਟੀ ਸਵਾਦ ਨਹੀਂ ਆਈ ਤੁਸੀਂ ਕੀ ਟੁਰਨਾ ਚਾਹੀਦਾ ਹੈ ਸਾਂ ਟੁਰਨਾ ਤਾਂ ਕੋਣੀ ਹੋਣਾ ਮੈਂ ਟੁਰਨੇ ਆ ਇਹ ਚਲੋ ਚੰਗੀ ਗੱਲ ਹੈ ਕਿ ਤੁਸੀਂ ਟੁਰਨੇ ਹੋ ਤਾਂ ਨਾ ਵੀ ਟੁਰਨ ਮੋਟਰਸਾਈਕਲ ਹੈ ਬਈ ਤਾਂ ਆਈ ਜਾਏਗਾ ਤਾਂ ਜੰਪ ਲੱਗ ਸਕਦਾ ਖਾਦਾ ਪੀਤਾ ਹਜ਼ਮ ਹੋ ਜਾਂਦਾ ਸਰ ਨੇ ਵੀ ਆ ਮੋਟਰਸਾਈਕਲ ਪਰ ਦੁਕਾਨਾਂ ਪਰ ਵੀ ਜਾਣਾ ਪੈਣਾ ਤਾਂ ਉਹ ਹਜ਼ਮ ਹੋਈ ਜਾਣੀ ਹੈ ਤਸਾਂ ਇਥੇ ਜੰਪ ਖਾਣੇ ਸਾਇਸ ਹੋਇਆ ਨਾ ਮੈਂ ਵੈਸੇ ਤੱਕਨੇ ਆ ਸਾਂ ਕਿ ਰੋਡ ਬਣੀ ਆ ਕੋਈ ਨਹੀਂ ਬਣੀ ਕੁਸਾ ਤੱਕ ਪਹੁੰਚੀ ਆ ਰੋਡ ਕਾਫੀ ਟਾਈਮ ਹੈ ਬਾਅਦ ਆਇਆ ਇਧਰ ਤਾਂ ਮੈਂ ਚਲੋ ਤੱਕੀ ਇਹ ਚਲੋ ਚੰਗਾ ਕੀਤਾ ਸੋ ਨਾ ਸਨ ਸਾਂ ਰੋਡਾਂ ਕੰਮ ਨਹੀਂ ਸੀ ਸ਼ੁਰੂ ਹੋਇਆ ਸਾਂ ਆਇਓ ਤਾਂ ਚਲੋ ਕੰਮ ਸ਼ੁਰੂ ਹੋ ਗਿਆ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਲਾਈਟ ਬੱਲੀ ਨਾ ਲਾਈਟਾਂ ਹਨੇਰਾ ਪੈ ਰਿਹਾ ਹੋਰ ਸੁਣਾਓ ਸਭ ਕੁਝ ਲਿਓ ਕਰਿਆ ਸਰ ਅੱਜ ਰੋਡ ਸਾਨੀ ਬੰਨਣ ਕੀ ਕੋਈ ਮਠਿਆਈ ਨਹੀਂ ਕੋਈ ਕੁਝ ਵੀ ਨਹੀਂ ਉਹ ਤਾਂ ਉਹਨਾਂ ਖਵਾ ਲਈ ਨਾ ਉਸ ਵੇਲੇ ਖਵਾ ਲਈ ਸੀ ਹੁਣ ਤੁਸੀਂ ਖਵਾ ਲਓ ਨਾ ਦੁਕਾਨ ਖਾ ਸੀ ਥਾਣਾ ਖਵਾ ਲੈ ਤਾਂ ਹਾਲੇ ਮੈਂ ਖਵਾਲਨੀ ਆ ਬਸ ਮਸ਼ਹੂਰ ਸ਼ਖਸੀਅਤਾਂ ਇੱਥੇ ਅੱਛੀਆਂ ਰਹਿਣੀਆਂ ਆ ਹੋਰ ਸੁਣਾਓ ਰੋਡਾ ਜਮ ਸ਼ਮ ਤਾਂ ਨਹੀਂ ਲੱਗੇ
ਹੁਣ ਅਸੀਂ ਚੰਗਾ ਕੰਮ ਕਰੀਏ ਕਿ ਸਾਡੇ ਜੰਮ ਸ਼ੰਮ ਜਿਹੜੇ ਆਏ ਨਾ ਉਹ ਖਤਮ ਕਰੀਓ ਸਾਨੂੰ ਫਾਈਨਲੀ ਰੋਡਾਂ ਪਰ ਫੁਆ ਸ਼ੁਆ ਮਾਰੀ ਰਹੇ ਰੋਜ਼ ਜਿਹੜੀਆਂ ਜੀ ਉਹ ਕਾਹਲੀ ਹੋਈ ਗਈ ਆ ਹਵਾ ਮੈਂ ਨਾਲ ਪਰਮੇਸ਼ਵਰ ਕਰੀ ਤਾਂ ਕਿ ਲੁੱਕ ਜਿਹੜੀ ਆ ਜੀ ਉਹ ਸਾਡੇ ਵਿੱਚ ਪਿਆ ਉਸ ਤੋਂ ਅੱਗੇ ਨਾ ਜਾਵੇ ਜੈਸਾ ਕਿ ਅੱਜ ਅਸੀਂ ਨਾ ਸਰਦੀ ਲਾਈ ਆ ਇਸ ਤੋਂ ਬਾਹਰ ਲੁੱਕ ਨਹੀਂ ਬਣ ਗਿਆ ਲੁੱਕ ਜਿਹੜੀ ਪੈ ਸੀ ਨਾ ਜੀ ਉਹ ਇਸ ਤੋਂ ਅੰਦਰ ਹੀ ਪੈ ਸੀ ਆ ਬਾਹਰ ਨਹੀਂ ਪੈ ਸੀ ਲੁੱਕ ਵਾਲਾ ਟਰੱਕ ਆ ਗਿਆ ਤਾਂ ਲੁੱਕ ਬਾਹਰ ਰਿਹਾ ਰੋਡ ਦਾ ਕੰਮ ਹੋਈ ਗਿਆ ਜੀ ਸ਼ੁਰੂ ਲੁੱਕ ਨਿਕਲੀ ਰਿਹਾ ਜੀ ਮਸ਼ੀਨਾਂ 'ਚੋਂ ਬਾਅਦ ਨਾਲ ਵੇਖੋ ਸਾਂ ਤਾਜ਼ੀ ਤਾਜ਼ੀ ਨਈ ਨਈ ਰੋਡ ਬਣੀ ਰਹੀ ਆ ਜੀ ਮਾਸ਼ਾਅੱਲਾ ਇਹ ਥੋੜ੍ਹਾ ਕਵਰ ਕਰੀ ਹੋਇਆ ਤਾਂ ਬਾਕੀ ਪਿੱਛਾ ਸਵਾਲ ਰੱਖਣਾ ਸੋ ਮਸ਼ੀਨਾਂ ਰੁਲੇ ਉਹ ਫੁੱਲ ਰੈਡੀ ਥਾ ਖਲਤੇ ਵੇ ਫਿਰ ਉਹ ਰੁਲੇ ਅਸਲ ਤਾਂ ਇਸ ਕੀ ਕਹੀ ਉਹ ਸੋਨਾ ਜੀ ਪ੍ਰੈਸ ਜਿਹੜਾ ਪ੍ਰੈਸ ਹੋ ਜਾਸੀ ਆ ਰੋਡ ਚੱਲੇ ਨੇ ਕਾਬਲ ਹੋ ਜਾਸੀ ਆ ਜਿੱਥੋਂ ਉੱਚੀ ਨਿਮੀ ਜਾਇਆ ਜੀ ਉੱਥਾ ਉਹ ਲੁੱਕ ਸੱਟੀ ਆ ਤਾਂ ਉਸ ਕੀ ਲੈਵਲ ਕਰੀ ਇੱਥਾਂ ਪਾਪੇ ਜੀ ਲੱਗੇ ਜੀ ਉਹ ਕਾਫੀ ਤਦਾਦ ਹੀ ਲੱਗੇ ਸਿਰਫ ਘੱਲੇ ਪਾਪਾ ਵੀ ਨਹੀਂ ਲੱਗੇ ਹੋਰ ਪਾਪੇ ਵੀ ਇੱਥੇ ਲੱਗੇ ਜੀ ਆਵਾਮ ਜਿਹੜੀ ਹੈ ਜੀ ਉਹ ਕਾਫੀ ਔਰ ਸਿਰਫ ਇੱਥੇ ਇੰਤਜ਼ਾਰ ਕਰੀ ਹੈ ਕਿ ਰੋਡ ਦਾ ਕੰਮ ਜਿਹੜਾ ਜੀ ਉਹ ਜਲਦੀ ਤੋਂ ਜਲਦੀ ਮੁੱਕ ਹੈ ਤਾਂ ਅਸਾਂ ਇੱਥੋਂ ਜੇ ਜਾਵਾਂ ਜੀ ਔਰ ਨੱਠੇ ਵੇ ਜਾਵਾਂ ਅਸਾਂ ਕਿ ਜੰਪ ਖੜੇ ਨਾ ਲਵਾਂ ਤਾਂ ਫਾਈਨਲੀ ਖਾਤਮਾ ਬਾਅਦ ਰੋਡ ਬਣਨਾ ਸ਼ੁਰੂ ਹੋ ਗਿਆ ਜੀ ਉੱਥੋਂ ਕੰਮ ਸਟਾਰਟ ਹੋ ਗਿਆ ਉੱਥੋਂ ਲੁੱਕ ਸੁੱਕ ਪੈ ਰਹੀ ਆ ਤਾਂ ਲੁੱਕ ਜਿਹੜੀ ਪੈ ਰਹੀ ਹੈ ਜੋ ਬੜੀ ਤੇਜ਼ੀ ਨਾਲ ਪੈ ਰਹੀ ਆ ਆਵਾਮ ਇੱਥੇ ਲੱਗੀ ਆ ਤਾਂ ਕੰਮ ਹੈ ਕਿ ਮੁਕਾਉਣ ਦੀ ਕੋਸ਼ਿਸ਼ ਕਰੀ ਹੈ ਕਿ ਕੰਮ ਜਿਹੜਾ ਜੋ ਉਹ ਜਲਦੀ ਤੋਂ ਜਲਦੀ ਮੁੱਕੇ ਤਾਂ ਰੂਲਾ ਵੀ ਆਈ ਆ ਰੂਲਾ ਜਿਹਾ ਫੇਸੀ ਆ ਜੀ ਇਸ ਉੱਪਰ ਫੇਸੀ ਆ ਤਾਂ ਕਿ ਰੋਜ਼ ਜਿਹੜਾ ਜੀ ਉਹ ਸਹੀ ਪ੍ਰੈਸ ਜਾ ਆਵਾਮ ਇਸ ਨੇ ਆਪੂ ਜਾਇਆ ਉਹ ਨਸੋ ਨਸ ਜਾ ਤਾਂ ਮੁੜੀ ਪਿੱਛਾ ਵੀ ਨਾ ਤੱਕਾ ਤੋਂ ਸੀ ਜੰਪ ਧੱਕੇ ਖੱਡੇ ਘੱਟ ਲਗਾਉਣ ਇਸ ਲੁਕਿਆ ਪਰ ਰੂਲਾ ਵੀ ਪਿੰਨਾ ਸ਼ੁਰੂ ਹੋ ਗਿਆ ਇਸ ਕੀ ਪ੍ਰੈਸ ਕਰੀ ਰਿਹਾ ਓਰਲੀ ਸਾਈਡ ਜਿਹੜੀ ਆ ਜੀ ਇਸ ਨੇ ਸਾੜੀ ਉਖੜੀ ਆ ਤਾਂ ਹੁਣ ਰੂਲਾ ਇਸ ਨੇ ਉੱਪਰ ਆ ਹੀ ਰਿਹਾ ਤਾਂ ਤੱਕ ਹੁਣ ਕਿਸੇ ਬਿਨਾਂ ਸ਼ੁਰੂ ਹੋ ਜਾਸੀ ਆ ਫਰੰਟ ਸਾਈਡ ਤੱਕ ਜਿੱਥੋਂ ਰੂਲਾ ਜੀ ਰਿਹਾ ਉਹ ਸਾਰੀ ਚੀਜ਼ ਜਿਹੜੀ ਆ ਜੀ ਉੱਖੜੀ ਵੀ ਆ ਉੱਪਰ ਤਾਂ ਬੈਕ ਸਾਈਡ ਸਾਨੂੰ ਤੱਕ ਉਹ ਸਾਰੀ ਪ੍ਰੈਸ ਹੋਣਾ ਸ਼ੁਰੂ ਹੋ ਜਾਣੀ ਆ ਯਾਨੀ ਕਿ ਰੋਜ਼ ਜਿਹੜੀਆਂ ਜੀ ਉਹ ਹੁਣ ਸਹੀ ਫੁੱਲ ਤਿਆਰ ਹੋਣੀ ਪਈ ਆ ਨਾਲ ਹੀ ਸਾਨੂੰ ਤੱਕ ਮੋਟਰਸਾਈਕਲ ਹੁਣ ਆਪ ਨੂੰ ਨਵਾਂ ਸ਼ੁਰੂ ਵੀ ਹੋਈ ਗਿਆ ਰੋਡ ਬਣੇ ਸੋ ਪਹਿਲੇ ਇਹ ਜਿਹੜਾ ਟਰੱਕ ਆਇਆ ਜੀ ਇਹ ਇੱਕ ਆ ਤਾਂ ਹੋਰ ਜਾਣੇ ਕਾਫੀ ਜ਼ਿਆਦਾ ਟਰੱਕ ਲਏ ਸੀ ਅੱਜ ਇਹ ਟਰੱਕ ਇਸ ਤਰ੍ਹਾਂ ਜੀ ਉਹ 12 ਸਨ ਇਹ ਜਿਹੜਾ ਟਰੱਕ ਹੈ ਜੀ ਉਹ ਪਹਿਲਾ ਦੂਸਰਾ ਟਰੱਕ ਉਹ ਪਾਰ ਸਾਹਮਣੇ ਖਲਤਾ ਵਾ ਉਸ ਨੇ ਅੰਦਰ ਵੀ ਲੁੱਕ ਹੈ ਉਹ ਟਰੱਕ ਜਿਸ ਖਤਮ ਹੋ ਸੀ ਤਾਂ ਫਿਰ ਇਹ ਟਰੱਕ ਉੱਥੇ ਜਾ ਸੀ ਅਸਾਂ ਤੱਕ ਆਲਰੇਡੀ ਰਿਵਰਸ ਖਲਤਾ ਹੋਇਆ ਕਿਉਂਕਿ ਲੁਕਣ ਜਿਹੜੀ ਮਸ਼ੀਨ ਆਈ ਜੀ ਉਸਨੇ ਵਿੱਚ ਮਾਲ ਜਾ ਪੈਣਾ ਜੀ ਉਹ ਰਿਵਰਸ ਹੋਈ ਤਾਂ ਪੈਣਾ ਸਿੱਧਾ ਨਹੀਂ ਪੈਣਾ ਤਾਂ ਬਾਕੀ ਸਾਂ ਤੱਕ ਅਸਾਂ ਮੌਸਮ ਜਿਹੜਾ ਜੀ ਉਹ ਵੀ ਹੁਣ ਗੰਦਾ ਹੋਣਾ ਪਿਆ ਤਾਂ ਮੌਸਮ ਖਰਾਬ ਹੋਈ ਗਿਆ ਤਾਂ ਫਿਰ ਰੋਡ ਦਾ ਕੰਮ ਜਿਹੜਾ ਜੀ ਉਹ ਵੀ ਰੁਕੀ ਜਾ ਸੀ ਅੱਲਾ ਦਾ ਸ਼ੁਕਰ ਸਨਾਓ ਠੀਕ ਹੈ ਰੋਡ ਨਾਲ ਮੁਆਇਨਾ ਕਰੀ ਰਿਹਾ ਮਾਸ਼ਾਅੱਲਾ ਜੀ ਬੜੀ ਪ੍ਰੋਗਰੈਸ ਹੋ ਰਹੀ ਹੈ ਅੱਲਾ ਤਾਲਾ ਖੈਰ ਕਰੇ ਬਾਰਿਸ਼ ਵੀ ਆਈ ਹੈ ਇਹ ਆਪਣੇ ਤੱਕਣਾ ਪਿਆ ਚਾਰ ਬੰਨੇ ਪਏ ਆਪਣੋਂ ਪੁੱਛਿਆ ਮੈਂ ਇਹਨਾਂ ਕੋਲ ਫਰਕ ਪੈਣਾ ਬਾਰਿਸ਼ ਹੋਣਾ ਕੋਈ ਬਾਕੀ ਪੈਣਾ ਸਾਡੇ ਕੰਮ ਜਾਰੀ ਰਹੇ ਸੀ ਇਨਸ਼ਾਅੱਲਾ ਔਰ ਅਸੀਂ ਬਾਰਿਸ਼ ਦੀ ਪ੍ਰੋਬਲਮ ਨਹੀਂ ਹੋਣੀ ਬਸ ਗੱਲਾਂ ਜ਼ਰਾ ਨਹੀਂ ਜੀ ਲੁੱਕ ਹੋਣੀ ਨਾ ਉਹ ਗਰਮ ਹੋਣੀ ਆ ਤੇ ਚਾਹ ਸੁਣੇ ਕਿ ਉਹ ਠੱਡੀ ਨਾ ਹੋ ਜਾਏ ਇਨਸ਼ਾਅੱਲਾ ਜੀ ਅੱਲਾ ਮਿਹਰਬਾਨੀ ਕਰੇ ਤਾਂ ਜਾਣ ਸੁਣੇ ਕਿ ਰੋਡ ਜਿਹੜੀ ਆ ਸਾਰੀ ਮੁਕੰਮਲ ਕਰੀ ਹੋ ਸਾਂ ਆਣ ਤੇ 12 ਫੁੱਟ ਬਣਾਉਣੇ ਮੈਂ ਬਿਲਕੁਲ ਟਾਈਮ ਸੁਬਾਦ ਖਾਦਮਾ ਬਾਅਦ ਰੋਡ ਨਾਲ ਦੁਬਾਰਾ ਕੰਮ ਸ਼ੁਰੂ ਹੀ ਗਿਆ ਦੋ ਟਰੱਕ ਤਾਂ ਤੁਸੀਂ ਪਹਿਲਾਂ ਦੱਸੇ ਕਿ ਇੱਥੇ ਆਏ ਉਹਦਾ ਹੋ ਨੀਚਾ ਸਾਂ ਤੱਕ ਸੋ ਇੱਕ ਉਹ ਟਰੱਕ ਖਲਤਾ ਹੈ ਉਹ ਵੀ ਲੁੱਕਿਆ ਨਾ ਟਰੱਕ ਹੈ ਅੱਜ ਜਾਣੇ ਜੇ ਟਰੱਕ ਇਸ ਜੀ ਉਹ 12 ਇਸ ਤੋਰ ਸਰਥਲਾ ਤੱਕ ਜਾਣ ਤਾਂ 12 ਹੋਣੇ ਹੈ ਮੌਸਮ ਹੀ ਹੁਣ ਖਰਾਬ ਹੋਣਾ ਪਿਆ ਖਾਸ ਕਰਕੇ ਤਾਂ ਇੱਧਰੋਂ ਤਾਂ ਜੇ ਮੌਸਮ ਖਰਾਬ ਹੋਈ ਆ ਕੰਮ ਰੁਕੀ ਨਾ ਜਾਏ ਫਿਰ ਵੀ ਜ਼ਰ ਉਹ ਆਉਣੇ ਅਸਾਂ ਬਣਾ ਸਾਂ ਲੁੱਕ ਜਿਹੜੀ ਆਈ ਗਈ ਆ ਤੁਸੀਂ ਜਾਣੀ ਤਾਂ ਆਇਆ ਕੋਈ ਆ ਉਹ ਬਾਈ ਤਾਂ ਹੀ ਖਰਸਨ ਆ ਦੁਆ ਆ ਸਾਰੀ ਕਿ ਰੋਡ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਜਾਏ ਬਾਰਿਸ਼ਾਂ ਦੇ ਰਹੀ ਸਾਂ ਸੂਰਤ ਆਲੀ ਥਾਂ ਤਾਂ ਕੀ ਆ ਕਿਆ ਹੋਣੀ ਆ ਤਾਂ ਮੈਂ ਉੱਥੇ ਮੰਝਾਂ ਨਹਾਈ ਸਕਦੀਆਂ ਤੀਆਂ ਬੰਨਾਂ ਬਣ ਜਾਣੀਆਂ ਤੀਆਂ ਬੰਨਾਂ ਬਣ ਜਾਣੀਆਂ ਚਲੋ ਕਿ ਅੱਲਾ ਬਿਹਤਰ ਕਰਸੀ ਆ ਸਾਰੇ ਮਾਮਲਾ ਜਿਹੜੇ ਆ ਜੀ ਉਹ ਖੈਰ ਖਾਰੀਅਤ ਨਾਲ ਨਿਪਟੀ ਜਾਣ ਫਾਈਨਲ ਇਸ ਵੇਲੇ ਮੈਂ ਮੌਜੂਦ ਹਾਂ ਜੀ ਖਾਦਮਾਬਾਦ ਬਾਜ਼ਾਰ
ਪਿਛਲੀ ਰੋਡ ਜਿਹੜੀ ਐਸੀ ਉਹ ਆਲਮੋਸਟ ਮੁਕੰਮਲ ਹੋ ਗਈ ਆ। ਖਾਦਮਾਬਾਦ ਬਾਜ਼ਾਰ 'ਚ ਵੀ ਜਿਹੜੀ ਰੋਡ ਐਸੀ ਨਾ ਜੀ ਉਹ ਵੀ ਬਣੀ ਗਈ ਆ, ਇੱਥੋਂ ਤਾਂ ਬਣੀ ਗਈ ਆ। ਜ਼ਹਿਰਾ ਸੈਂਟਰ ਵਾਲੀ ਜਿਹੜੀ ਐਸੀ ਨਾ ਜੀ ਉਹ ਆਲਰੇਡੀ ਠੀਕ ਸੀ ਆ, ਉਮਰ ਫਾਰੂਕ ਦੀ ਚੌਂਕ ਆ ਜੀ ਉਹ ਰੋਜ਼ ਜਿਹੜੀ ਬਣਤੀ ਨਾ ਜੀ ਉਹ ਸਾਡੇ ਕੋਲ ਬਣਤੀ ਆ, ਹੁਣ ਜਿਹੜੀ ਬਣਨਾ ਸ਼ੁਰੂ ਹੋਈ ਨਾ ਉਹ ਇਹ ਦੇਖੋ ਮਸਜਿਦ ਨੇ ਕੋਲੂ ਬਣਨਾ ਸ਼ੁਰੂ ਹੋਈ ਆ। ਐਸਾ ਤੱਕ ਇੱਥੇ ਹੁਣ ਲੁੱਕ ਵਗੈਰਾ ਪੇ ਗਿਆ, ਕਾਰਪੇਟ ਵਗੈਰਾ ਜਿਹੜਾ ਐਸੀ ਨਾ ਜੀ ਉਹ ਸਾਰਾ ਪੇ ਗਿਆ, ਇੱਥੇ ਤੱਕ ਗਿਆ। ਮੀਨ ਕਿ ਉਹ ਜਿਹੜੀ ਰੋਡ ਬਣਤੀ ਨਾ ਜੀ ਉਹ ਇਹ ਦੇਖ ਬਣਤੀ ਆ ਦਰਬਾਰਾ ਤੱਕ, ਇਸ ਤੋਂ ਅੱਗੇ ਰੋਡ ਕੋਲ ਬਣਤੀ ਆ। ਹੁਣ ਜਿਹੜੀ ਮਸ਼ੀਨ ਹੈਗੀ ਨਾ ਜੀ ਇੱਥੋਂ ਨਿਕਲੀਆਂ ਅੱਗੇ ਗਈਆਂ ਜਿੱਥੇ ਆਪਦ ਦੁਕਾਨ ਉਸ ਤੋਂ ਅੱਗੇ ਸ਼ੁਰੂ ਇਹ ਕੰਮ ਇੱਥੇ ਜਿਹੜਾ ਜੀ ਕਾਰਪੇਟ ਉਹ ਬੰਦ ਹੋ ਗਿਆ, ਸੈਂਟਰ ਜਿਹੜੀ ਬਹਿ ਜੱਸੀ ਨਾ ਜੀ ਉਹ ਕੰਟਰੀ ਵਗੈਰਾ ਬਹਿ ਜੱਸੀ ਆ, ਤਾਂ ਮਸ਼ੀਨਾਂ ਜਿਹੜੀ ਆ ਜੀ ਉਹ ਅੱਗੇ ਗਿਆ। ਫਾਈਨਲੀ ਅਸਾਂ ਜਿੱਦਾਂ ਬਾਅਦ ਤੋਂ ਨਿਕਲ ਆ ਗਿਆ ਜੀ ਅੱਗੇ ਥੋੜ੍ਹਾ ਜਿਹੀ ਲੁੱਕ ਵਾਲੀ ਮਸ਼ੀਨ ਜਾ ਰਹੀ ਆ ਜੀ ਆਪਣੀ ਤਰਫ ਚੜ੍ਹਾਈ ਦੀ ਤਰਫ, ਬਾਕੀ ਆ ਟਰੱਕ ਖਲਦਾ ਹੈ ਲੁੱਕ ਵਾਲਾ। ਇਸ ਤੋਂ ਇਲਾਵਾ ਇੱਥੇ ਆ ਗਿਆ ਸਾਡੇ ਕੋਲ ਦੋ ਤਿੰਨ ਟਰੱਕ ਹੋ ਜੇ ਇੱਥੇ ਖਲਦੇ ਜਿਹੜੇ ਜੇ ਆਪਣੇ ਜੀ ਹੁਣ ਜੀ ਲੁੱਕ ਬਾਹਰ ਸ਼ੁਰੂ ਕਰ ਸਕਦਾ ਆਪੂ ਬਾਹਰ ਸ਼ੁਰੂ ਕਰ ਸਕਦਾ ਚੜ੍ਹਾਈ ਦੀ ਤਰਫ, ਫਿਰ ਖਾਦਮਾਬਾਦ ਦੀ ਤਰਫ ਇੱਥੇ ਜਿੱਥੇ ਜੇਕਰ ਲੁੱਕ ਖਤਮ ਹੋਈ ਜਿੱਥੇ ਖਤਮ ਕਰੀਏ ਉਸ ਤੋਂ ਬਾਅਦ ਜੇ ਸੈਂਟਰ ਚੌਕੀ ਦਾ ਜਗ੍ਹਾ ਉੱਥੇ ਕੰਕਰੀਟ ਬਹਿ ਜਾਂਦੀ ਆ। ਹੁਣ ਸ਼ਾਮ ਦਾ ਟਾਈਮ ਹੋਣਾ ਪਿਆ ਤੱਕ ਰਾਤੀ ਕਿੰਨੇ ਵਜੇ ਬਣਦਾ ਰਹਾ ਉਹਨਾਂ ਟੱਚ ਆਵੇ ਤਾਂ ਲੁੱਕਾਂ ਜੀ ਬਹਿ ਕੇ ਜਾਂਦੇ ਰਹੇ ਸਾਤਾ ਇਹ ਜਾਣੇ ਪਾਣੀ ਹੈ। ਬਾਕੀ ਅੱਜ ਦੀ ਵੀਡੀਓ ਦੇ ਦੌਰਾਨ ਕਿਸੇ ਕਿਸਮ ਦੀ ਕੋਈ ਗਲਤੀ ਕੀਤੀ ਹੋਈ ਹੈ ਤਾਂ ਮਾਫ਼ ਹੈ, ਬਹੁਤ ਜਲਦ ਸਾਡੀ ਖਿਦਮਤ ਇੱਕ ਨਈ ਵੀਡੀਓ ਨਾਲ ਹਾਜ਼ਰ ਹੋ ਸਕਦਾ। ਤਦ ਤੱਕ ਦੱਸੋ ਇਜਾਜ਼ਤ ਹੀ ਮਾਨਣ ਲਾ।